ਅਨੰਦਪੁਰ ਸਾਹਿਬ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋਲੇ ਮਹੱਲੇ ਨੂੰ ਸਮਰਪਿਤ ਸ਼ੁਰੂ ਹੋ ਚੁੱਕਿਆ ਅਤੇ ਵੱਖ ਵੱਖ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਹਰ ਸਾਲ ਦੀ ਤਰ੍ਹਾਂ ਪਰਤਦੀਆਂ ਨਜ਼ਰ ਆ ਰਹੀਆਂ ਨੇ ਅਤੇ ਕਿਤੇ ਨਾ ਕਿਤੇ ਅਜਿਹੇ ਵਿੱਚ ਬਹੁਤ ਸਾਰਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਹੋ ਚੁੱਕਿਆ। ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਐਸ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਮੌਜੂਦ ਨੇ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਹੀ ਨੇ ਅਤੇ ਇੱਥੋਂ ਦੀ ਦੇਖ ਰੇਖ ਕਰਦੇ ਨੇ। ਚਾਵਲਾ ਸਾਹਿਬ, ਅੱਜ ਵੱਡਾ ਦਿਨ ਆ ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਆਉਣੀਆਂ ਸ਼ੁਰੂ ਹੋ ਜੂ, ਪਹਿਲਾਂ ਕੀ ਕਹਿਣਾ ਚਾਹੁੰਗੇ ਹੋਲੇ ਮਹੱਲੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੀ ਆਨ ਅਤੇ ਸ਼ਾਨ, ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਜੋ 21 ਤਰੀਕ ਤੋਂ ਕੀਰਤਪੁਰ ਸਾਹਿਬ ਤੋਂ ਆਰੰਭ ਹੋਇਆ ਸੀ, ਬੜੇ ਜੋਸ਼, ਸ਼ਰਧਾ, ਭਾਵਨਾ, ਪਿਆਰ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਰਹੀਆਂ। ਇਸ ਵਾਰ ਇੱਕ ਨਵੀਂ ਗੱਲ ਇਹ ਵੇਖਣ ਨੂੰ ਮਿਲੀ ਆ ਕਿ ਸੰਗਤਾਂ ਐਡਵਾਂਸ ਹੀ ਬਹੁਤ ਵੱਡੀ ਗਿਣਤੀ ਜਿਹੜੀਆਂ ਅਨੰਦਪੁਰ ਸਾਹਿਬ ਪਹੁੰਚੀਆਂ। ਕੁਛ ਤਾਂ ਬੱਚਿਆਂ ਦੇ ਪੇਪਰ ਖਤਮ ਹੋ ਗਏ ਅਤੇ ਨਾਲ ਛੁੱਟੀਆਂ 3-4 ਇਕੱਠੀਆਂ ਆ ਗਈਆਂ, ਉਹਦਾ ਕਰਕੇ ਬਹੁਤ ਵੱਡੀ ਗਿਣਤੀ ਸੰਗਤਾਂ ਦੀ ਜਿਹੜੀ ਆਮਦ ਆ ਉਹ ਅਨੰਦਪੁਰ ਸਾਹਿਬ ਵਿਖੇ ਹੋਈ ਆ। ਇਹ ਪਾਵਨ ਦਿਹਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਪਿਤਾ, ਉਹਨਾਂ ਨੇ 1699 ਦੀ ਵਿਸਾਖੀ ਤੋਂ ਇੱਕ ਸਾਲ ਬਾਅਦ 1700 ਵਿੱਚ ਇਹ ਹੋਲਾ ਮਹੱਲਾ ਜਿਹੜਾ ਇਹ ਆਰੰਭ ਕੀਤਾ ਸੀ ਅਤੇ ਖਾਲਸੇ ਨੂੰ ਕੌਮੀ ਤਿਉਹਾਰ ਦੇ ਤੌਰ 'ਤੇ ਬਖਸ਼ਿਸ਼ ਕੀਤਾ। ਉਹਨਾਂ ਨੇ ਜਦੋਂ ਹੋਲੀ ਦਾ ਦਿਨ ਆਉਂਦੇ ਲੋਕ ਇੱਕ ਦੂਜੇ 'ਤੇ ਪਾਣੀ ਪਾਉਂਦੇ, ਰੰਗ ਪਾਉਂਦੇ, ਚਿੱਕੜ ਪਾਉਂਦੇ, ਗੰਦ ਪਾਉਂਦੇ, ਤਾਂ ਸਤਿਗੁਰਾਂ ਨੇ ਕਿਹਾ ਸੀ ਕਿ ਗੁਲਾਮੀ ਦਾ ਸਮਾਂ ਚੱਲ ਰਿਹਾ, ਇਸ ਦੇਸ਼ ਦੇ ਵਿੱਚ ਧਰਮ ਵੀ ਯਾਦ ਨਹੀਂ, ਲੋਕ ਵੀ ਯਾਦ ਨਹੀਂ, ਹੱਕ ਹਕੂਕ ਵੀ ਸਾਰੇ ਖੋਏ ਆ। ਆਪਾਂ ਨੂੰ ਇਹ ਜਿਹੜੇ ਹੁਲਾਸ ਜਾਂ ਰੌਲੇ ਵੱਲ ਨਹੀਂ, ਪਹਿਲਾਂ ਆਪਾਂ ਨੂੰ ਸ਼ਸਤਰਧਾਰੀ ਹੋਣ ਦੀ ਲੋੜ ਹੈ, ਆਪਾਂ ਨੂੰ ਬਲਵਾਨ ਹੋਣ ਦੀ ਲੋੜ ਹੈ। ਉਹਨਾਂ ਨੇ ਬਲਵਾਨ ਕਰਨ ਵਾਸਤੇ ਸਿੱਖ ਪੰਥ ਨੂੰ, ਉਹਨਾਂ ਨੂੰ ਯੁੱਧ ਭੂਮੀ ਦੇ ਨੀਤੀਆਂ ਦੱਸਣ ਵਾਸਤੇ, ਸ਼ਸਤਰ ਕਲਾ ਦੱਸਣ ਵਾਸਤੇ ਇਹ ਜਿਹੜਾ ਆਪਣਾ ਹੋਲਾ ਮਹੱਲਾ ਆਰੰਭ ਕੀਤਾ। ਉਹਨਾਂ ਨੇ ਹੋਲੀ ਦੀ ਥਾਂ 'ਤੇ ਜਿਵੇਂ ਇਤਿਹਾਸ ਦਾ ਮਿਸ਼ਰਾ ਕਿ ਲੋਕੋਂ ਕੀ ਔਰਤ ਕੀ ਹੋਲੀ, ਮੰਮ ਹੋਲਾ, ਸਾਡਾ ਹੋਲਾ ਹੈ। ਸੋ ਅੱਜ ਉਸ ਹੋਲੇ ਦੇ ਵਿੱਚ ਇੱਕ ਹੋਰ ਵੀ ਬੜੀ ਪ੍ਰਚਲਿਤ ਕਹਾਣੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇੱਥੋਂ ਕਿਲ੍ਹਾ ਛੱਡਿਆ ਅਨੰਦਗੜ੍ਹ ਸਾਹਿਬ ਦਾ ਅਤੇ ਸ਼ਹਿਰ ਛੱਡਿਆ ਸੀ ਆਖਰੀ ਸਮੇਂ, ਉਦੋਂ ਸਾਹਿਬਜ਼ਾਦਿਆਂ ਨੇ ਵੀ ਸਵਾਲ ਕੀਤਾ ਸੀ ਜੋ ਇਤਿਹਾਸ 'ਚ ਆਉਂਦਾ, ਸੰਗਤ ਦੇ ਕੁਛ ਸਿੰਘਾਂ ਨੇ ਵੀ ਸਵਾਲ ਕੀਤਾ ਕਿ ਸਤਿਗੁਰੂ ਜੀ ਆਪਾਂ ਮੁੜ ਕੇ ਆਵਾਂਗੇ, ਅਤੇ ਸਤਿਗੁਰੂ ਨੇ ਕਿਹਾ ਸੀ ਹਾਂ ਆਪਾਂ ਆਵਾਂਗੇ ਜਦੋਂ ਮੇਰਾ ਖਾਲਸਾ ਪੰਥ ਹੋਲੇ ਮਹੱਲੇ ਦੇ ਮੌਕੇ 'ਤੇ ਇੱਥੇ ਇਕੱਠਾ ਹੋਇਆ ਕਰੇਗਾ, ਉਹਦੇ ਵਿੱਚ ਆਪਾਂ ਹੋਇਆ ਕਰਾਂਗੇ, ਮੈਂ ਆਇਆ ਕਰਾਂਗਾ ਉਹਦੇ ਵਿੱਚ। ਇਹ ਵੀ ਇੱਕ ਧਾਰਨਾ ਸਾਡੇ ਪੰਥ 'ਚ ਬਹੁਤ ਵੱਡੀ ਹੈ ਜਿਹਦੇ ਕਰਕੇ ਬਹੁਤ ਵੱਡਾ ਇਕੱਠ ਜਿਹੜਾ ਹੋਲੇ ਮਹੱਲੇ 'ਤੇ ਹੁੰਦਾ। ਸੋ ਅੱਜ ਅਸੀਂ ਹੋਲਾ ਮਹੱਲਾ ਤੁਸੀਂ ਦੇਖ ਰਹੇ ਹਾਂ ਸਾਰੇ ਬੰਨੇ ਕਿੰਨਾ ਜੋਸ਼ ਅਤੇ ਕਿੰਨਾ ਪਿਆਰ ਹੈ। ਇਹ ਹੋਲੇ ਮਹੱਲੇ ਦੀ ਕਰਾਮਾਤ ਸੀ ਕਿ ਜਿਹਨੇ ਇੱਥੋਂ ਮੁਗਲ ਰਾਜ ਦੀ ਜੜ੍ਹ ਪੁੱਟੀ, ਇਸ ਦੇਸ਼ ਤੋਂ ਦੇਸ਼ ਦੇ ਗੁਲਾਮੀ ਦੇ ਜਿਹੜੇ ਸੰਗਲ ਕੱਟੇ ਅਤੇ ਅੱਜ ਇਹ ਦੇਸ਼ ਭਾਵੇਂ ਸਿੱਖ ਪੰਥ ਦੇ ਅਸਾਨਾਂ ਨੂੰ ਤਾਂ ਭੁੱਲਦਾ ਜਾ ਰਿਹਾ, ਪਰੰਤੂ ਇਸ ਦੇਸ਼ ਦਾ ਇੱਕ ਇਤਿਹਾਸ ਹੈ ਕਿ ਜਿਵੇਂ ਪੰਜਾਬ ਦਾ ਇਤਿਹਾਸ ਜੇਕਰ ਉਹਦੇ 'ਚੋਂ ਧੰਨ ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਖਾਲਸਾ ਜਿਹੜੇ ਸੂਰਬੀਰ ਯੋਧੇ ਬਹਾਦਰ ਸ਼ਹੀਦ ਹੋਏ ਉਹਨਾਂ ਨੂੰ ਪਾਸੇ ਕਰ ਦਈਏ ਤਾਂ ਕੋਈ ਇਤਿਹਾਸ ਨਹੀਂ ਰਹਿ ਜਾਂਦਾ। ਚਾਵਲਾ ਜੀ, ਜਿਵੇਂ ਜਥੇਦਾਰ ਸਾਹਿਬ ਨੇ ਵੀ ਕੁਛ ਆਦੇਸ਼ ਦਿੱਤੇ ਨੇ ਕਿ ਇਹਨਾਂ ਦੀ ਪਾਲਣਾ ਕਰਕੇ ਅਸੀਂ ਅਨੰਦਪੁਰ ਸਾਹਿਬ ਜਾਈਏ, ਕਿਉਂਕਿ ਖਾਲਸੇ ਦੀ ਜਨਮ ਪਿਛਲੇ ਸਾਲ ਜੋ ਵੀ ਕੁਛ ਹੋਇਆ ਦੁੱਖਦਾਇਕ ਸੀ, ਉਹਦੇ ਬਾਰੇ ਕੀ ਕਹਿਣਾ? ਦੇਖੋ,
ਇਹ ਬਹੁਤ ਤੁਸੀਂ ਮਹੱਤਵਪੂਰਨ ਗੱਲ ਕਹੀ ਆ। ਇਹ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਵਸਾਈ, ਮਾਤਾ ਜੀ ਦੇ ਨਾਂ 'ਤੇ ਬੁੱਲ ਲੈ ਕੇ ਵਸਾਈ। ਗਿਆਨੀ ਪਿੰਦਰਪਾਲ ਸਿੰਘ ਬੜੀ ਵਧੀਆ ਗੱਲ ਕਹਿੰਦੇ ਹੁੰਦੇ, ਕਹਿੰਦੇ ਦੋ ਧਰਤੀਆਂ ਮੁੱਲ ਖਰੀਦੀਆਂ, ਇੱਕ ਅੰਮ੍ਰਿਤਸਰ ਦੀ, ਇੱਕ ਅਨੰਦਪੁਰ ਸਾਹਿਬ ਦੀ, ਕਿਉਂਕਿ ਅੰਮ੍ਰਿਤਸਰ ਦੀ ਧਰਤੀ 'ਤੇ ਗ੍ਰੰਥ ਦਾ ਪ੍ਰਕਾਸ਼ ਹੋਣਾ ਸੀ ਅਤੇ ਇਸ ਧਰਤੀ 'ਤੇ ਪੰਥ ਦਾ ਪ੍ਰਕਾਸ਼ ਹੋਣਾ ਸੀ। ਇਸ ਵਾਸਤੇ ਧਰਤੀਆਂ ਬਹੁਤ ਕੀਮਤੀ ਆ। ਦੂਜੀ ਗੱਲ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ 29 ਸਾਲ ਰਹੇ ਅਤੇ 29 ਸਾਲ ਉਹਨਾਂ ਨੇ ਬੜੇ ਕੌਤਕ ਕੀਤੇ। ਇੱਥੇ ਬਚਪਨਾ ਸੀ ਮਹਾਰਾਜ ਦਾ, 6 ਸਾਲ ਦੀ ਉਮਰ 'ਚ ਆਏ, 9 ਸਾਲ ਦੀ ਉਮਰ 'ਚ ਪਿਤਾ ਨੂੰ ਤੋਰਿਆ, ਫਿਰ ਜਦੋਂ ਗੁਰਗੱਦੀ ਤੋਂ ਬਾਅਦ ਸ਼ਾਦੀਆਂ ਹੋਈਆਂ, ਸਾਹਿਬਜ਼ਾਦੇ ਹੋਏ, ਪਰਿਵਾਰ ਵਧਿਆ, ਮਾਤਾਵਾਂ ਸਾਡੀਆਂ, ਵੱਡੇ ਮਾਤਾ ਗੁਜਰੀ ਜੀ ਸਾਡੇ, ਉਹ ਸਾਰੇ ਇੱਕ ਪਰਿਵਾਰ ਦੇ ਤੌਰ 'ਤੇ ਗੁਰਦੁਆਰਾ ਭੋਰਾ ਸਾਹਿਬ ਜਿਹਨੂੰ ਗੁਰੂ ਕੇ ਮਹਿਲ ਕਹਿੰਦੇ ਆ, ਉਸ ਸਥਾਨ 'ਤੇ ਰਹੇ। ਅਤੇ ਉਸ ਤੋਂ ਬਾਅਦ ਸਤਿਗੁਰੂ ਬੜੀ ਬਾਣੀ ਇੱਥੇ ਉਚਾਰੀ, ਬੜਾ ਸੰਗਤਾਂ ਦੇ ਪਰਉਪਕਾਰ ਕਰਦੇ ਰਹੇ। ਇੱਥੇ ਹੀ ਸਾਡੇ ਛੋਟੇ ਛੋਟੇ ਸਾਹਿਬਜ਼ਾਦੇ ਨਿੱਕੀਆਂ ਨਿੱਕੀਆਂ ਕਦਮਾਂ ਦੇ ਨਾਲ ਆਪਣੇ ਚਰਨ ਇਹਨਾਂ ਗਲੀਆਂ ਬਾਜ਼ਾਰਾਂ 'ਚ, ਇਹਨਾਂ ਸ਼ਹਿਰਾਂ 'ਚ, ਇਲਾਕੇ ਵਿੱਚ ਉਹ ਪਾਉਂਦੇ ਰਹੇ। ਇੱਥੇ ਬਾਬਾ ਜੀਤ ਸਿੰਘ, ਜੁਝਾਰ ਸਿੰਘ ਜਵਾਨ ਹੋਏ, ਬਲਵਾਨ ਹੋਏ ਅਤੇ ਪੰਥਰੀ ਚਮਕੌਰ ਸਾਹਿਬ ਜਾ ਕੇ ਪ੍ਰਵਾਨ ਹੋਏ। ਬਹੁਤ ਵੱਡਾ ਇਤਿਹਾਸ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਅਨੰਦਪੁਰ ਸਾਹਿਬ ਆਉਂਦੇ ਹਾਂ, ਸਾਡੇ ਮਨ ਵਿੱਚ ਇੰਨੀ ਸ਼ਰਧਾ ਭਾਵਨਾ ਅਤੇ ਇੰਨਾ ਭੈਅ ਹੋਣਾ ਚਾਹੀਦਾ ਕਿ ਜਿੱਥੇ ਵੀ ਕਦਮ ਰੱਖੀਏ, ਸੋਚ ਕੇ ਰੱਖੀਏ ਕਿ ਇਸ ਥਾਂ 'ਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਦੇ ਕਦਮ। ਕੀ ਸੰਗਤ ਨੂੰ ਕੀ ਆਦੇਸ਼ ਦੇਣਾ ਚਾਹੋਗੇ? ਜਿਸ ਤਰੀਕੇ ਨਾਲ ਨੌਜਵਾਨ ਆਉਂਦੇ ਨੇ, ਕਿਤੇ ਨਾ ਕਿਤੇ ਜਵਾਨੀ ਦਾ ਜੋਸ਼ ਵੀ ਹੁੰਦਾ ਗਾ, ਟਰੈਕਟਰਾਂ ਦੇ ਉੱਤੇ ਆਉਂਦੇ ਨੇ, ਬੁਲਟ ਮੋਟਰਸਾਈਕਲਾਂ ਦੇ ਉੱਤੇ ਆਉਂਦੇ ਨੇ, ਜਿਵੇਂ ਪਿਛਲੇ ਸਾਲ ਦੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਵੱਲੋਂ, ਹੁਣ ਵੀ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਜੇ ਨਤਮਸਤਕ ਹੋਣਾ ਤਾਂ ਸ਼ਰਧਾ ਪੂਰਵਕ ਹੋਣਾ ਚਾਹੀਦਾ, ਐਂ ਹੁੱਲੜਬਾਜ਼ੀ ਕਰਕੇ ਨਾ ਜਾਏ, ਉਹਨਾਂ ਵਾਸਤੇ ਇਹ ਦਰਅਸਲ ਪਤਾ ਕੀ ਆ, ਇਹ ਕੁਛ ਲੋਕ ਇੱਥੇ ਆ ਜਾਂਦੇ ਆ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਸਿੱਖ ਵਿਰੋਧੀ ਆਉਂਦੇ, ਸਾਡੇ ਹੀ ਭਰਾ ਜਿਹੜੇ ਬਿਲਕੁਲ ਅਣਭੇਜਿਆ, ਇੱਕ ਪਾਸੇ ਉਹ ਪੱਗਾਂ ਲਾਉਣ ਨੂੰ ਤਿਆਰ ਹੈ, ਅਸੀਂ ਪੱਗਾਂ ਬਚਾਉਣ ਨੂੰ ਤਿਆਰ ਹਾਂ, ਇੱਕ ਪਾਸੇ ਉਹ ਲੋਕ ਇੱਥੇ ਆਪਣੇ ਆਮ ਲੋਕਾਂ ਨੇ ਵੇਖੋ ਬਾਜ਼ਾਰ ਭਰੇ ਪਏ ਆ ਖਿਡੌਣਿਆਂ ਨਾਲ, ਖਿਡੌਣੇ ਖਰੀਦਣ ਨਾਲ, ਹੋਰ ਚੀਜ਼ਾਂ ਖਰੀਦਣ ਨਾਲ। ਇੱਥੇ ਆ ਕੇ ਗੁਰੂ ਦਾ ਅਦਬ ਅਤੇ ਭੈ ਜੇ ਰੱਖ ਲਓ, 3 ਦਿਨ ਦੀ ਖੇਡ ਆ ਸਾਰੀ, ਅਤੇ ਸਾਰੀ ਉਮਰ ਖਿਡੌਣੇ ਖਰੀਦ ਰਹੇ ਨਿਆਣਿਆਂ ਵਾਸਤੇ, ਕਰਦਾ ਹੋਰ ਕੀ ਆ, ਇੱਕ ਸਾਲ ਇਸੇ ਕੰਮ ਨੂੰ ਹੁੰਦਾ। ਇਹਨਾਂ ਲੋਕਾਂ ਨੂੰ ਉਹ ਲੋਕ ਸਿਰਫ, ਜਿਵੇਂ ਕੱਲ੍ਹ ਵੀ ਇੱਕ ਝਗੜਾ ਹੋਇਆ, ਇੱਕ ਬੰਦੇ ਨਾਲ ਗੋਟੀ ਵੜ ਦਿੱਤਾ, ਹੱਥ ਵਿਚਕਾਰੋਂ ਪਾੜਤਾ, ਲੱਤ ਵੜਤੀ, ਬਾਂਹ ਵੜਤੀ, ਉਹਨਾਂ ਦਾ ਕੀ ਗਿਆ? ਇੱਕ ਤਾਂ ਉਹਨਾਂ ਨੁਕਸਾਨ ਹੋਇਆ, ਇੱਕ ਮੁਹੱਲੇ ਦੀ, ਹੋਲੇ ਮੁਹੱਲੇ ਦੀ, ਜਿਹੜੀ ਅਸੀਂ ਕਹਿੰਦੇ ਹਾਂ ਕਿ ਕਦੀ ਪਿੱਛੇ ਘਟਨਾ ਨਹੀਂ ਵਾਪਰੀ, ਆਹ ਪਿਛਲੇ ਸਾਲ ਤੋਂ ਘਟਨਾਵਾਂ ਵਾਪਰਦੀਆਂ ਸ਼ੁਰੂ ਹੋ ਗਈਆਂ, ਨਜ਼ਰ ਲੱਗ ਗਈ। ਪਰ ਕੋਈ ਨਹੀਂ, ਗੁਰੂ ਸਮਰੱਥ ਹੈ। ਮੈਂ ਉਹਨਾਂ ਨੂੰ ਇਹੋ ਗੱਲ ਕਹੀ ਹੈ ਕਿ ਜਦੋਂ ਇਸ ਧਰਤੀ 'ਤੇ ਆਉਂਦੇ ਹਾਂ, ਅਦਬ ਅਤੇ ਭੈ ਜੇ ਮਨ ਵਿੱਚ ਹੋਏਗਾ, ਸਾਹਿਬਜ਼ਾਦੇ ਛੋਟੇ, ਸਾਹਿਬਜ਼ਾਦੇ ਵੱਡੇ, ਜਿਨ੍ਹਾਂ ਨੇ ਸਾਡੀ ਖਾਤਰ ਆਪਾਂ ਵਾਰ ਕੇ ਪੰਥ ਵਸੇ ਮੈਂ ਉੱਜਣਾ, ਮਨ ਚਾਓ ਕਢੇਰਾ, ਇਹ ਸੰਕਲਪ ਲਿਆ ਸੀ, ਉਸ ਉਹਨਾਂ ਸਾਹਿਬਜ਼ਾਦਿਆਂ ਨੂੰ, ਉਹਨਾਂ ਮਹਾਨ ਸੂਰਬੀਰਾਂ ਨੂੰ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੱਡਾ ਵੱਡਾ ਇਹ ਮਾਣ ਸੀ ਕਿ ਇਹਨੇ ਪੁੱਤਰਣ ਕੇ ਸੀਸ ਪਰ ਵਾਰ ਦੀ, ਇਹ ਸਤਿਚਾਰ ਚਾਰ ਬੂਹੇ ਤੋਂ ਕਿਆ ਹੋਆ, ਜੀਵਤ ਕਈ ਹਜ਼ਾਰ, ਤੁਸੀਂ ਤਾਂ ਲੱਖਾਂ ਹੋਏ, ਅਤੇ ਅੱਜ ਆਪਾਂ ਉਹਨੂੰ ਸਾਂਭੀਏ, ਗੁਰੂ ਦਾ ਭਰੋਸਾ ਕਾਇਮ ਕਰੀਏ। ਤਾਂ ਵੱਡੇ ਬੋਲ ਕਿਤੇ ਨਾ ਕਿਤੇ ਅਮਰਜੀਤ ਸਿੰਘ ਚਾਵਲਾ SGPC ਮੈਂਬਰ ਹੋਲਾ ਵੱਲੋਂ ਕੀਤੇ ਗਏ ਕਿ ਨਤਮਸਤਕ ਹੋਣਾ ਤਾਂ ਪਹਿਲਾਂ ਸੋਚ ਕੇ ਆਇਆ ਜਾਵੇ, ਕਿਸ ਤਰੀਕੇ ਨਾਲ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਇਹ ਧਰਤੀ ਵਸਾਈ ਗਈ ਸੀਗੀ, ਹਰ ਚੀਜ਼ ਨੂੰ ਇੱਕ ਮਨ ਦੇ ਵਿੱਚ ਪੈ ਹੋਵੇ, 3 ਦਿਨ ਦੇ ਵਿੱਚ ਇੱਕ ਪੈ ਹੋਵੇ,
ਕਿ ਜਿੱਥੇ ਜਾ ਰਹੇ ਆ ਗੁਰੂ ਦੀ ਗੁਰੂ ਲਈ ਨਤਮਸਤਕ ਹੋਣ ਜਾ ਰਹੇ ਆ ਉਸ ਮਨ ਦੇ ਵਿੱਚ ਪੈ ਹੋਵੇ, ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਅਨੰਦਪੁਰ ਸਾਹਿਬ।